ਹਾਕਮ ਸਿੰਘ ਜੀ ਐਲਾਨ ਕਰਦੇ ਵੀ ਫਾਈਨਲ ਦੇ ਵਿੱਚ ਹਰਿਆਣੇ ਵਾਲੇ ਜਿੰਨੇ ਦੱਸੇ ਲਾਉਣ ਹਰ ਦੱਸੇ ਦਾ 100 ਠੀਕ ਆ ਜੀ ਕਹਿਲ ਟ੍ਰੇਨਿੰਗ ਕੰਪਨੀ ਇਸ ਮੈਚ ਦੇ ਪਹਿਲੇ ਦੱਸੇ ਤੇ 100 ਦੇ ਮਾਨ ਸਨਮਾਨ ਕਰਦੇ ਇਮਾਮ ਇਮਾਮ ਜਲਵਰ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਨਾਲ ਮੈਚ ਦੀ ਆਪਾਂ ਸ਼ੁਰੂਆਤ ਕਰ ਦਈਏ ਫਾਈਨਲ ਮੈਚ ਇਮਾਮਗੜ ਵਰਸਦ ਇਮਾਮਗੜ ਦੀ ਟੀਮ ਜਿੱਤੇਗੀ ਤੇ ਸਾਡੇ ਫੌਜੀ ਖੁਰਦ ਜੀ ਕਹਿੰਦੇ ਵੀ ਆਪਾਂ 1100 ਰੁਪਏ ਦੇਵਾਂਗੇ ਇਮਾਮਗੜ ਦੀ ਟੀਮ ਜਿੱਤੇਗੀ ਤੇ ਫੌਜੀ ਖੁਰਦ ਵੱਲੋਂ 1100 ਰੁਪਏ ਦਿੱਤਾ ਜਾਵੇਗਾ ਉਧਰ ਮਨੀ ਧੂੜ ਸਤਗੁਰ ਝੁਨੇੜੀ ਤੇ ਡੈਣੀ ਦਿੜਬਾ ਇਹਨਾਂ ਤਿੰਨਾਂ ਭਰਾਵਾਂ ਦੇ ਲਈ ਫੌਜੀ ਖੁਰਦ ਜੀ 100-100 ਦੇ ਮਾਨ ਸਨਮਾਨ ਭੇਜਦੇ 300 ਰੁਪਇਆ ਉਹਨਾਂ ਵੱਲੋਂ ਆਇਆ ਫੌਜੀ ਖੁਰਦ ਜੀ ਵੱਲੋਂ 300 ਰੁਪਇਆ ਤਿੰਨਾਂ ਰੈਫਰੀਆਂ ਦੇ ਲਈ ਮਨੀ ਧੂੜ ਸਤਗੁਰ ਝੁਨੇੜੀ ਤੇ ਡੈਣੀ ਦਿੜਬਾ ਹੈਲੋ ਲਵੀ ਮਰੀਕ ਧੁੰਦ ਦੇ ਕਾਰਨ ਆਪਾਂ ਨੂੰ ਖਿਡਾਰੀ ਜਿਹੜੇ ਦੂਰੋਂ ਨਹੀਂ ਦਿਖਦੇ ਇਧਰਲੀ ਸਾਈਡ ਤੋਂ ਆਪਾਂ ਨਾਂ ਜਿਹੜੇ ਬੋਲਾਂਗੇ ਬੇਨਤੀ ਹੈ ਕਿਰਪਾ ਕਰਕੇ ਮੈਚ ਸ਼ੁਰੂ ਕਰ ਦਿੱਤਾ ਜਾਵੇ ਟੀਮਾਂ ਗਰਾਊਂਡ ਦੇ ਵਿੱਚ ਆ ਲਵੀ ਮੇਰੀ ਬੇਨਤੀ ਹੈ ਮਨਜੀਤ ਮਾਰ ਦਸਲ ਫਾਈਨਲ ਮੈਚ ਜਲਦੀ ਦੇ ਨਾਲ ਸ਼ੁਰੂ ਕੀਤਾ ਜਾਵੇ ਬੇਨਤੀ ਹੈ ਕਿਰਪਾ ਕਰਕੇ ਮੈਚ ਸ਼ੁਰੂ ਕਰ ਦਿੱਤਾ ਜਾਵੇ ਜੇ ਥੋੜੀ ਜਿਹੀ ਧੁੰਦ ਹੋਰ ਪੈ ਗਈ ਤੇ ਫਿਰ ਕੋਈ ਪਤਾ ਨਹੀਂ ਲੱਗਣਾ ਵੀ ਨਿਹਾਲਾ ਕੀ ਦਾ ਮਕਸਦ ਮੇਰੀ ਬੇਨਤੀ ਹੈ ਮੈਚ ਸ਼ੁਰੂ ਕਰ ਦਿੱਤਾ ਜਾਵੇ ਜਲਦੀ ਦੇ ਨਾਲ ਹੈਲੋ ਅੱਛਾ ਹਰਿਆਣੇ ਦੀ ਟੀਮ ਦੱਸੋ ਜੀ ਅਸੀਂ ਦੀ ਹਰਿਆਣੇ ਦੀ ਟੀਮ ਦੱਸੋ ਖੇਡਣਾ ਕਿ ਨਹੀਂ ਖੇਡਣਾ ਹਰਿਆਣੇ ਦਾ ਇਦਾਂ ਕਰੋ ਬਈ 1000 ਰੁਪਿਆ ਨਾਮ ਦੇ ਵਿੱਚੋਂ ਕੱਟਿਓ ਰੈਫਰੀਆਂ ਨੂੰ ਤੇ ਪਾਣੀ ਵਾਲੇ ਬਾਬਿਆਂ ਨੂੰ ਵੰਡ ਦਿਓ ਹਰਿਆਣੇ ਦੀ ਟੀਮ ਦੱਸੋ ਖੇਡਣਾ ਕਿ ਨਹੀਂ ਖੇਡਣਾ ਪ੍ਰਬੰਧਕ ਕਹਿੰਦੇ ਟੀਮ ਅਸੀਂ ਕੱਟਣ ਲੱਗੇ ਆ ਹਰਿਆਣੇ ਦੀ ਟੀਮ ਅਸੀਂ ਕੱਟਣ ਲੱਗੇ ਆ ਹਰਿਆਣੇ ਦੀ ਟੀਮ 1000 ਰੁਪਏ ਅਸੀਂ ਕੱਟ ਲਿਆ ਇਨਾਮ ਦੇ ਵਿੱਚੋਂ ਪਰ ਟੁੱਟ ਦੇ ਹਿਸਾਬ ਨਾਲ ਅਸੀਂ 1000 ਰੁਪਏ ਕੱਟਣਾ ਆਪਾਂ ਨੇ ਹਰਿਆਣੇ ਵਾਲਿਆਂ ਨੇ ਬਹੁਤ ਜ਼ਿਆਦਾ ਡਿਸਟਰਬ ਕੀਤਾ ਕੋਚ ਦਾ ਮਾਨ ਸਨਮਾਨ ਕੀਤਾ ਹਰਿਆਣੇ ਦੀ ਟੀਮ ਨੂੰ ਬਾਰ ਬਾਰ ਸੱਦੀ ਜਾਂਦੇ ਆ ਇਮਾਮਗੜ ਵਾਲੇ ਕਿਹੜੇ ਵੇਲੇ ਦੇ ਖੜੇ ਆ ਬੇਨਤੀ ਆ ਹਰਿਆਣੇ ਵਾਲਿਆਂ ਨੂੰ ਹਰਿਆਣਾ ਸ਼ਾਤਰ ਵਾਧੂ ਬੰਦੇ ਬਾਹਰ ਆ ਜਾਓ ਪ੍ਰਬੰਧਕ ਵੀਰ ਕਹਿ ਰਹੇ ਆ ਤੇ 1000 ਰੁਪਇਆ ਪਰ ਮਿੰਟ ਦੇ ਹਿਸਾਬ ਨਾਲ ਪ੍ਰਬੰਧਕ ਕਹਿੰਦੇ ਕੱਟਿਆ ਜਾਵੇਗਾ ਕਹਿਲ ਟ੍ਰੇਡਿੰਗ ਕੰਪਨੀ ਪਹਿਲੇ ਜਫੇ 100 ਦੇ ਮਾਨ ਸਨਮਾਨ ਦੇਣਗੇ ਸ਼ਾਤਰ ਹਰਿਆਣੇ ਦੇ ਬਾਕੀ ਖਿਡਾਰੀ ਆ ਜਾਣ ਜੀ ਦੋ ਆ ਗਏ ਆ ਮੇਰੀ ਬੇਨਤੀ ਹੈ ਇੱਧਰ ਸਾਡੇ ਅਮਰੀਕ ਸਿੰਘ ਜੀ ਵੱਡੇ ਮਾਨ ਸਨਮਾਨ ਪੁੱਜਦੇ ਕਰਦੇ ਦੋਨੋਂ ਬੁਲਾਰਿਆਂ ਦੇ ਲਈ ਅਮਰੀਕ ਸਿੰਘ ਜੀ ਵੱਡਾ ਮਾਨ ਪੁੱਜਦਾ ਕਰਦੇ ਮੈਂ ਬੋਲਾਂ ਤੋਂ ਖੁਸ਼ ਹੋ ਕੇ ਬਾਕੀ ਪਿਆਰ ਹੈ ਅਮਰੀਕ ਸਿੰਘ ਦਾ ਨਾਂ ਲਿਆ ਤੇ ਫੌਜੀ ਸਾਹਿਬ ਕਹਿੰਦੇ ਅਮਰੀਕ ਸਿੰਘ ਦਾ ਨਾਂ ਲਿਆ ਤੇ ਕਹਿੰਦੇ ਫੌਜੀ ਸਾਹਿਬ ਗੁਰਵਿੰਦਰ ਸਿੰਘ ਜੀ ਸਰਪੰਚ ਉਹਨਾਂ ਵੱਲੋਂ ਵੀ ਵੱਡੇ ਮਾਨ ਬੋਲਾਂ ਤੋਂ ਖੁਸ਼ ਹੋ ਕੇ ਰੈਫਰੀ ਸਾਰੇ ਗਰਾਊਂਡ 'ਚ ਆ ਜਾਣਗੇ ਨਾਲ ਹੌਲਦਾਰ ਸਰਦਾਰ ਰਾਜਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਰਪੰਚ ਸਾਹਿਬ ਬਦਰਾਣਾ ਵਾਲੇ ਬਾਕੀ ਯਾਰੀ ਹੋਵੇਗੀ ਇਹਨਾਂ ਪ੍ਰਬੰਧਕਾਂ ਦੇ ਨਾਲ ਮੇਰੀ ਬੇਨਤੀ ਹੈ ਵੀ ਮੈਚ ਜਿਹੜਾ ਸ਼ੁਰੂ ਕਰ ਦਿੱਤਾ ਜਾਵੇ ਜਲਦੀ ਸਾਡੇ ਫਰਨੀ ਸਰਪੰਚ ਜੀ ਧਨੋ ਵਾਲੇ ਉਹ ਕਹਿੰਦੇ ਵੀ ਆਪਾਂ ਜੇ ਇਮਾਮਗੜ੍ਹ ਦੀ ਟੀਮ ਜਿੱਤੂ ਤੇ 1200 ਰੁਪਇਆ ਦੇਵਾਂਗੇ ਜੇ ਇਮਾਮਗੜ੍ਹ ਦੀ ਟੀਮ ਜਿੱਤੇਗੀ ਵੱਡੇ ਮਾਨ ਪੁੱਜਦੇ ਕਰਦੇ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਤੇ 1200 ਰੁਪਇਆ ਦੇਣਗੇ ਜੇ ਇਮਾਮਗੜ੍ਹ ਦੀ ਟੀਮ ਜਿੱਤੇਗੀ ਧਨੋ ਵਾਲੇ ਸਰਪੰਚ ਸਾਹਿਬ ਸਾਡੇ ਗੁਰਵਿੰਦਰ ਸਿੰਘ ਜੀ ਸਰਪੰਚ ਬਦਰਾਵਾਂ ਵਾਲੇ ਜੱਗੇ ਖੁਰਦ ਦੇ ਲਈ ਵੀ ਵੱਡੇ ਮਾਨ ਪੁੱਜਦੇ ਕਰਦੇ ਆ ਗੁਰਵਿੰਦਰ ਸਿੰਘ ਜੀ ਸਰਪੰਚ ਦਰਸ਼ਨ ਸਿੰਘ ਮੜੀਲਾ ਬਦਰਾਵਾਂ
ਸਾਡੇ 12 ਤੇ 13 ਪੁਆਇੰਟ ਫਾਈਨਲ ਮੈਚ ਦੇ ਵਿੱਚ ਹੋਣਗੇ। ਬੈਸਟਾਂ ਦੇ ਲਈ 11-11 ਦਿੱਤੇ ਜਾਣਗੇ। ਧਰਤੀ ਕਹਿਲ ਜੀ ਵੱਲੋਂ ਹਰ ਪੁਆਇੰਟ ਤੇ ਵੱਡੇ ਮਾਣ ਤੇ ਸਨਮਾਨ 100-100 ਦੇ ਦਿੱਤੇ ਜਾਣਗੇ। ਧਰਤੀ ਕਹਿਲ ਜੀ ਮੇਰੀ ਬੇਨਤੀ ਹੈ ਵੀ ਮੈਚ ਜਿਹੜਾ ਸ਼ੁਰੂ ਕਰ ਦਿੱਤਾ ਜਾਵੇ ਕਿਰਪਾ ਕਰਕੇ, ਕਿਉਂਕਿ ਹੁਣ ਪਿੰਡਾਂ ਦੇ ਵਿੱਚੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਵੀ ਮੈਚ ਕਿਉਂ ਨਹੀਂ ਚੱਲ ਰਹੇ, ਮੈਚ ਚਲਾ ਦਿਓ। ਸ਼ਾਤਰ ਹਰਿਆਣਾ ਵਰਸ਼ ਦੇ ਇਮਾਮਗੜ ਧਰਤੀ ਕਹਿਲ ਜੀ ਵੱਲੋਂ ਹਰ ਪੁਆਇੰਟ ਤੇ 100 ਰੁਪਇਆ ਦਿੱਤਾ ਜਾਵੇਗਾ। ਹਰ ਪੁਆਇੰਟ ਤੇ ਧਰਤੀ ਕਹਿਲ ਜੀ ਵੱਲੋਂ ਅਮਰੀਕ ਇੱਕ ਮਿੰਟ ਬਾਈ, ਇੱਕ ਖਿਡਾਰੀ ਹਰਿਆਣੇ ਦਾ ਤੇ ਇੱਕ ਇਮਾਮਗੜ ਦਾ, ਇਧਰਲੀ ਸਾਈਡ ਆ ਜਾਓ ਵੀਰ। ਪੈਸੇ ਬੁਲਾ ਰਹੇ ਜਦੋਂ ਮੈਚ ਸਮਾਪਤ ਹੋ ਗਿਆ, ਕੋਈ ਸਾਡੇ ਕੋਲ ਨਾ ਆਇਆ ਵੀ ਸਾਡੇ ਪੈਸੇ ਆ। ਹੁਣ ਅਸੀਂ ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਕਰ ਰਹੇ ਹਾਂ ਵੀ ਰੇਡਾਂ ਤੇ ਪੈਸੇ ਲੱਗ ਰਹੇ ਆ, ਜੱਫਿਆਂ ਤੇ ਹਰ ਪੁਆਇੰਟ ਤੇ। ਬਾਅਦ ਦੇ ਵਿੱਚ ਕੋਈ ਖਿਡਾਰੀ ਸਾਨੂੰ ਆ ਕੇ ਕਹੂ ਵੀ ਪੈਸੇ ਦੇ ਦਿਓ, ਕਿਸੇ ਨੂੰ ਕੁਝ ਨਹੀਂ ਦੇਣਾ। ਹੁਣ ਦੋਨਾਂ ਟੀਮਾਂ ਦੇ ਇੱਕ ਇੱਕ ਖਿਡਾਰੀ ਇੱਧਰ ਆ ਜਾਓ। ਸ਼ਾਤਰ ਹਰਿਆਣਾ ਵਰਸਜ ਇਮਾਮਗੜ ਟਾਪ ਦਾ ਮੈਚ ਇਸ ਵੇਲੇ ਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਿਆ। ਬੈਸਟਾਂ ਦੇ ਲਈ 11-11 ਰੁਪਏ, 61,000, 41,000 ਵੱਡੇ ਪ੍ਰਾਈਜ। ਗੁਰਵਿੰਦਰ ਸਰਪੰਚ ਸਾਡਾ ਵੀਰ ਬਧਰਾਵਾਂ ਵਾਲਾ ਇਹਨਾਂ ਬੋਲਾਂ ਦੇ ਮਾਨ ਸਨਮਾਨ ਕਰ ਰਿਹਾ, ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਦਾ। ਫਾਈਨਲ ਮੈਚ ਲਵੀ ਜਾਣੀ ਹੁਣ ਟੀਮਾਂ ਗਰਾਊਂਡ ਦੇ ਵਿੱਚ, ਹੁਣ ਕੀ ਰੋਲਾ ਰੇਡ ਪਾਉਣ, ਪਹਿਲੀ ਰੇਡ ਫਾਈਨਲ ਮੈਚ ਦੀ। ਨੌਜਵਾਨ ਦਿਲੋਂ ਮੂਡ ਵਾਲਾ ਰੇਡ ਨਹੀਂ ਲਵੀ ਮਨਦੀਪ ਸਹੀ ਆ, ਰੇਡ ਇਮਾਮਗੜ ਦੀ ਬਹੁਤ ਟੀਮ ਬਹੁਤ ਲੇਟ ਆਈ ਆ, ਪਹਿਲੀ ਰੇਡ ਇਮਾਮਗੜ ਦੀ ਟੀਮ ਵੱਲੋਂ ਪਾਈ ਜਾਵੇਗੀ, ਕਿਉਂਕਿ ਟੀਮ ਅੱਗੇ ਵਾਸਤੇ ਲੇਟ ਦੀ ਹੂੰ। ਹਰਮਨ ਪਹਿਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਹੁਣ ਚਾਰ ਜਾਫੀ ਤਿਆਰ ਆ, ਛੋਟਾ ਪਾਲਾ ਤੇ ਨਾਲ ਕਹਿੰਦੇ ਸਰਸਲ ਵਾਲਾ ਦੀਪ ਤੇ ਰਾਜੂ। ਆਹ ਵੇਖੋ ਹਰਮਨ ਦੀ ਪਾਈ ਰੇਡ ਤੇ ਕਿਹੜੇ ਨੇ ਜਫਾ ਲਾ ਦੇਣਾ, ਸੋਰੀ ਬੁੱਧੂ ਰੇਡ ਪਾਉਂਦਾ ਹੋਇਆ ਇਮਾਮਗੜ ਵਾਲਾ ਬੁੱਧੂ ਰੇਡ ਤੇ। ਆਹ ਹਰਿਆਣੇ ਵਾਲੇ ਨੇ ਕਹਿੰਦੇ ਗੁੱਟ ਫੜ ਲਿਆ, ਪਰ ਬੁੱਧੂ ਪਹਿਲਾ ਪੁਆਇੰਟ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਧਰਤੀ ਕਹਿਲ ਜੀ ਵੱਲੋਂ ਹਰ ਪੁਆਇੰਟ ਤੇ 100 ਦਿੱਤਾ ਜਾਵੇਗਾ। ਧਰਤੀ ਕਹਿਲ ਜੀ ਵੱਲੋਂ ਜੇ ਇਮਾਮਗੜ ਦੀ ਟੀਮ ਜਿੱਤਦੀ ਹੈ ਤੇ ਫੌਜੀ ਖੁਰਦ ਵਾਲਾ ਕਹਿੰਦਾ ਵੀ ਆਪਾਂ 1100 ਰੁਪਇਆ ਦੇਵਾਂਗੇ, ਫੌਜੀ ਖੁਰਦ ਜੀ ਉਹਨਾਂ ਵੱਲੋਂ 1100 ਰੁਪਇਆ ਹੋਵੇਗਾ। ਲਓ ਸਾਹਮਣੇ ਹਰਿਆਣੇ ਵਾਲੇ ਦੀ ਕਬੱਡੀ ਪੈਰੀ ਖੇਡ ਮੈਦਾਨ ਦੇ ਵਿੱਚ, ਵੇਦਪਾਲ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਐਨ ਕਹਿੰਦੇ ਪੱਟਾਂ ਦੇ ਥਾਪੀਆਂ ਵੱਜ ਰਹੀਆਂ ਧੰਦੇ ਵਰ ਗਏ। ਲਓ ਸਾਹਮਣੇ ਕਹਿੰਦੇ ਵੱਡਾ ਨਾਮ ਕਬੱਡੀ ਦੀ ਦੁਨੀਆ ਦੇ ਵਿੱਚ, ਆ ਜਾਫੀ ਦਾ ਦੋ ਪੁਆਇੰਟ, ਪੁਆਇੰਟ ਪੁਆਇੰਟ ਰੇਡਰ ਦਾ ਪੁਆਇੰਟ, ਹਰਿਆਣੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਕੀਪਰ ਕੰਗਣਵਾਲ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ, ਧੁੰਦ ਜ਼ਿਆਦਾ ਆ ਚੁੱਕੀ ਆ। 365 ਤੇ ਦਰਸ਼ਕ ਕਮੈਂਟਰੀ ਦੇ ਜ਼ਰੀਏ ਆਨੰਦ ਲੈ ਰਹੇ ਹੋਣਗੇ ਵੀ ਕੰਗਣਵਾਲ ਦਾ ਕੀਪਰ ਰੇਡ ਪਾ ਰਿਹਾ, ਇੱਕ ਕੰਨੀ ਤੇ ਛੋਟਾ ਪਾਲਾ, ਹੁਣ ਟੱਚ ਕਿਹੜੇ ਨੂੰ ਹੋਇਆ ਉਹ ਵੀ ਇੱਥੋਂ ਨਹੀਂ ਦਿਸ ਰਿਹਾ, ਪਰ ਪੁਆਇੰਟ ਕੀਪੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਲਵੀ ਪਾ ਬਿੱਲੂ ਰੇਡ ਮੋੜ ਦਾ, ਬਿੱਲੂ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ। ਜਿੰਨੇ ਦਰਸ਼ਕ ਇਸ ਫਾਈਨਲ ਮੈਚ ਦਾ ਆਨੰਦ ਲੈ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਮਰੀਕ ਖੋਸੇ ਕੋਰਲੇ ਵਾਲੇ ਦਾ, ਚੱਕੇ ਖੁਰਦ ਵਾਲੇ ਦਾ, ਬੱਬੂ ਖੰਨੇ ਵਾਲਾ, ਉਹ ਵੀ ਹਾਜ਼ਰੀ ਦੇ ਕੇ ਗਿਆ ਰਝੇਨੇ ਭਰੀ ਜ਼ਿੰਦਗੀ, ਤੇ ਉਹ ਵੀ ਸਾਡਾ ਵੀਰ ਇਸ ਮਾਈਕ ਤੇ ਬੋਲ ਬੋਲ ਕੇ ਗਿਆ। ਬਿੱਲੂ ਮੋੜ ਦੀ ਰੇਡ ਪੈ ਚੁੱਕੀ ਆ, ਉਧਰ ਹਰੀ ਜਫਾ ਲਾਵੇ ਤੇ 100 ਦਿੱਤਾ ਜਾਵੇਗਾ ਅਮਰੀਕ ਬਿਜਲੀ ਬੋਰਡ ਵਾਲੇ ਦੇ ਵੱਲੋਂ। ਧੰਨਾ ਅਲੀਪੁਰ ਖਾਲਸੇ ਵਾਲਾ ਇਸ ਵੇਲੇ ਟੌਪ ਦਾ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ, ਅਮਰ ਅਗਲੀ ਰੇਡ ਪਾਉਂਦਾ ਹੋਇਆ। ਗੁਰਵਿੰਦਰ ਸਰਪੰਚ ਵੱਲੋਂ ਵੱਡੇ ਮਾਣ ਦਿੱਤੇ ਜਾਣਗੇ ਬਦਰਾਵਾਂ ਵਾਲੇ, ਉਹਨਾਂ ਨੇ ਪੁੱਜਦੇ ਕਰਤੇ 100 ਰੁਪਇਆ ਧੰਨੇ ਦੇ ਲਈ। ਗੁਰਵਿੰਦਰ ਸਰਪੰਚ ਬਦਰਾਵਾਂ ਵਾਲੇ 100 ਰੁਪਇਆ ਧੰਨੇ ਦੇ ਲਈ, ਕਿਉਂਕਿ ਦੋਨਾਂ ਟੀਮਾਂ ਦੇ ਇੱਕ ਇੱਕ ਜਿਹੜਾ ਪਲੇਅਰ ਹੈ, ਇੱਕ ਕਿਰਪਾ ਕਰਕੇ ਪੁਆਇੰਟਾਂ ਵਾਲੇ ਵੀਰ ਕੋਲੇ ਤੇ ਇੱਕ ਇੱਕ ਜਿਹੜਾ ਬੰਦਾ ਉਹ ਜਿਹੜਾ ਬੈਸਟ ਕੱਢ ਰਿਹਾ ਉਹਦੇ ਕੋਲੇ ਖੜ ਜਾਣ, ਸਾਡੀ ਬੇਨਤੀ ਹੈ, ਕਿਉਂਕਿ ਇੱਕ ਲਾਗੇ ਆ ਜਾਵੇ, ਬੇਨਤੀ ਹੈ ਦੋਨੇ ਟੀਮਾਂ ਦਾ ਇੱਕ ਇੱਕ ਬੰਦਾ। ਉਧਰ ਪੁਆਇੰਟ ਨੌਜਵਾਨ ਧਾਵੀ ਸੋਰੀ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਅਗਲੀ ਕਬੱਡੀ ਪਾਉਣ ਦੇ ਲਈ ਬਿੱਲੂ ਮੂਡ ਫਿਰ ਵਾਧਾ ਹੋਇਆ। ਗੁਰਪ੍ਰੀਤ ਚੀਨੇ ਵਾਲੇ ਦਾ ਧੰਨਵਾਦ ਆ ਪੱਤਰਕਾਰ ਦਾ, ਇਧਰ ਕਬੱਡੀ ਪੈ ਚੁੱਕੀ ਆ। ਹੁਣ ਹਰਿਆਣੇ ਦਾ ਕਹਿੰਦੇ ਬਿੱਲੂ ਮੂਡ ਪਿੰਡ ਵਾਲਾ ਰੇਡ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਰਿਹਾ। ਬੁੱਧੂ ਇਮਾਮਗੜ ਦਾ ਅਗਲੀ ਕਬੱਡੀ ਪਾਉਂਦਾ ਆਇਆ, ਇੱਕ ਸਾਲ ਕਹਿੰਦੇ ਕੈਨੇਡਾ ਦੇ ਵਿੱਚ ਤਕੜਾ ਖੇਡ ਆਇਆ, ਤੇ ਨੌਜਵਾਨ ਦਾ ਕਹਿੰਦੇ ਗੋਡੇ ਦਾ ਆਪਰੇਸ਼ਨ ਹੋਇਆ, ਕਬੱਡੀ ਦੇ ਵਿੱਚ ਥੋੜਾ ਟਾਈਮ ਗੈਪ ਰਿਹਾ, ਪਰ ਫਿਰ ਕਹਿੰਦੇ ਵਾਪਸੀ ਬੁੱਧੂ ਨੇ ਕਰ ਲਈ ਆ। ਉਹ ਵੇਖੋ ਹਰਿਆਣੇ ਦੇ ਚਾਰਾਂ ਦੇ ਵਿੱਚੋਂ ਪੈ ਗਿਆ ਪੰਗਾ ਜੂਨੀਅਰ ਪਾਲੇ ਦੇ ਨਾਲ, ਜਲਾਲਪੁਰ ਦਾ ਮੰਨਿਆ ਪਰਮੰਨਿਆ
ਬੁੱਧੂ ਅੱਜ ਤੇਰੇ ਇਲਾਕੇ ਦਾ ਮੈਚ ਤੇ ਬੁੱਧੂ ਦਾ ਵੀ ਕਹਿੰਦੇ ਜੋਰ ਉਹ ਲੱਗਿਆ ਹੋਇਆ ਸਭ ਨੇ ਕਮਾਲ ਕਰ ਦਿੱਤੀ ਮੁੰਡੇ ਨੇ ਬੁੱਧੂ ਦੀ ਰੇਡੀਆ ਲੱਗੀ ਇੱਕ ਤਾੜੀ ਮਾਰਦੇ ਦਰਸ਼ਕ ਵੀ ਆਮ ਕਰੀਏ ਬੁੱਧੂ ਦੇ ਲਈ ਇੱਕ 100 ਦੇ ਮਾਨ ਸਨਮਾਨ ਦਰਸ਼ਨ ਸਿੰਘ ਜੀ ਮਨੀਲਾ ਬਦਰਾਵਾ ਵਾਲੇ ਉਹਨਾਂ ਵੱਲੋਂ ਬੁੱਧੂ ਦੀ ਰੇਡ ਦੇ ਉੱਪਰ ਵੱਡੇ ਮਾਨ ਜਿਹੜੇ ਪੁੱਜਦੇ ਹੋਏ ਆ ਲਓ ਸਭ ਨੂੰ ਦੇਖੋ ਹਰਿਆਣੇ ਵਾਲੇ ਦੀ ਐਨ ਕਬੱਡੀ ਪਾ ਰਹੀ ਆ ਰੇਡ ਪਾਲ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਖਿਡਾਰੀ ਵੀ ਸਿਰਾ ਦੇ ਧੁੱਦ ਵੀ ਸਿਰਾ ਪ੍ਰਬੰਧ ਵੀ ਸਿਰਾ ਪਰ ਆਹ ਦੇਖੋ ਐਨ ਕਹਿੰਦੇ ਬੱਲੇ ਬੱਲੇ ਹੋਈ ਪਈ ਆ ਗਰਾਊਂਡ ਦੇ ਵਿੱਚ ਚੱਲ ਵੀ ਕੀਪੋ ਪਾ ਵੀ ਕਬੱਡੀ ਅਗਲੀ ਕਬੱਡੀ ਜੀ ਕੀਪਾ ਖੇਡ ਮੈਦਾਨ ਦੇ ਵਿੱਚ ਵੱਧ ਆਇਆ ਪਿਰਤੀ ਕਹਿਆ ਜੀ ਹਰ ਇੱਕ ਪੁਆਇੰਟ ਤੇ ਮਾਇਆ ਦੇ ਗੱਥੇ ਖੇਡਗੇ ਧੁੰਦ ਆ ਚੁੱਕੀ ਆ ਉਧਰ ਯਾਦਵਿੰਦਰ ਚੀਮਾ ਕੈਨੇਡਾ ਵੀ ਇਸ ਮੈਚ ਦਾ ਆਨੰਦ ਲੈ ਰਿਹਾ ਵੀ ਡਮੈਂਟਾਂ ਦੇ ਵਿੱਚ ਜਿਹੜੀ ਸਲੋ ਪੈ ਰਹੀ ਆ ਬਰਫ਼ ਦੇ ਤੂਫਾਨ ਕੈਨੇਡਾ ਦੇ ਵਿੱਚ ਆ ਰਹੇ ਆ ਪਰ ਪੰਜਾਬ ਦੀ ਧਰਤੀ ਆ ਤੇ ਪੋਹ ਦੇ ਮਹੀਨੇ ਉਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਤੇ ਕਿੱਦਾਂ ਬੀਤੇ ਆਪਾਂ ਸਭ ਜਾਣਦੇ ਹਾਂ ਧੁੰਦ ਦੇ ਕਾਰਨ ਮੈਚ ਦੇ ਵਿੱਚ ਖਿਡਾਰੀ ਨਹੀਂ ਦਿਸ ਰਹੇ ਰੇਡ ਪਾਉਣਾ ਹੋਇਆ ਵੇਦਪਾਲ ਹਰਿਆਣੇ ਵਾਲਾ ਤੇ ਅਮਰੀਕ ਵੇਦਪਾਲ ਦੀ ਕਬੱਡੀ ਪੈ ਰਹੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਲੋ ਵੜ ਕੇ ਐਨ ਜਿਹੜੀ ਕੋਸ਼ਿਸ਼ ਕੀਤੀ ਫੜਿਆ ਗੁੱਟ ਛੜਾਇਆ ਗੁੱਟ ਵੱਜੀ ਧੌਲ ਉੱਤੇ ਪੈਰ ਤੇ ਪਵਾਇਆ ਟ੍ਰੇਡਰ ਦਾ ਗੁਰਵਿੰਦਰ ਸਰਪੰਚ ਜੀ ਬਦਰਾਵਾ ਵਾਲੇ ਬੜੀ ਬੜੀ ਪਿਆਰੀ ਸ਼ਖਸੀਅਤ ਹੈ ਵੱਡੇ ਮਾਣ ਦੇ ਰਹੇ ਆ ਗੁਰਵਿੰਦਰ ਸਰਪੰਚ ਜੀ ਬਦਰਾਵਾ ਵਾਲੇ ਉਧਰ ਛੋਟਾ ਪਾਲਾ ਜਿਹਨੇ ਜੱਫੇ ਲਾਵੇ ਕਹਿੰਦੇ ਖੁਰਦ ਵਾਲਾ ਫੌਜੀ ਕਹਿੰਦਾ ਵੀ ਮੈਂ ਉਹਨੇ ਮਾਣ ਸਰਵਾਨ ਦੇਵਾਂਗਾ ਫੌਜੀ ਖੁਰਦ ਵਾਲਾ ਕਹਿੰਦਾ ਵੀ ਨਿੱਕਾ ਪਾਲਾ ਜਿਹਨੇ ਜੱਫੇ ਲਾਵੇਗਾ ਉਹਨੇ ਮਾਣ ਤੇ ਸਰਵਾਨ ਉਧਰ ਗੁਰਵਿੰਦਰ ਸਿੰਘ ਜੀ ਬਦਰਾਵਾ ਵਾਲੇ ਉਧਰ ਪਿਰਥੀ ਕਹਿਲ ਕਹਿੰਦਾ ਹਰ ਇੱਕ ਤੌਰ ਤੇ ਮਾਇਆ ਦੇ ਗੱਥੇ ਦਿੱਤੇ ਜਾਣਗੇ ਇੱਧਰ ਪੁਆਇੰਟ ਹਰਿਆਣੇ ਦੇ ਜਾਫੀ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਤੇ ਜੋੜ ਦਿੱਤਾ ਕਹਿਲ ਸਪੋਰਟਸ ਕਲੱਬ ਦੇ ਸਾਰੇ ਉਹਦੇ ਨਾਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਮਾਮਗੜ੍ਹ ਦੀ ਟੀਮ ਜਿੰਨੇ ਜੱਫੇ ਲਾਵੇਗੀ ਦਰਸ਼ਨ ਸਿੰਘ ਜੀ ਮਨੀਲਾ ਤੇ ਹਰਦੀਪ ਸਿੰਘ ਜੀ ਦੀਪ ਯੂਐਸਏ ਵਾਲੇ ਕਹਿੰਦੇ ਉਹਨੇ 100-100 ਦੇ ਮਾਨ ਦਿੱਤੇ ਜਾਣਗੇ ਇਧਰ ਕਬੱਡੀ ਪਾਉਣ ਦੇ ਲਈ ਕਹਿੰਦੇ ਛਾਤਰ ਵਾਲਾ ਕਾਲੀ ਖੇਡ ਮੈਦਾਨ ਦੇ ਵਿੱਚ ਵੱਧ ਆਇਆ ਪੰਨਾ ਅਲੀਪੁਰ ਖਾਲਸੇ ਦਾ ਦੇਖੋ ਫੜਿਆ ਗਿਆ ਗੁੱਟ ਕਿ ਕੋਈ ਫੜੇ ਗੁੱਟ ਕੋਈ ਪਾਵੇ ਪੂਰੀ ਲੁੱਟ ਕੋਈ ਲਾਉਣਾ ਜਫਾਰ ਰੜ ਕੇ ਕਬੱਡੀ ਦਾ ਜ਼ਰੂਰ ਖਲ ਜਾਂਦਾ ਹੈ ਖੂਨ ਲੋਕ ਵੇਖਦੇ ਆ ਖੜ ਕਰਕੇ ਇੱਕ ਯੂਐਸਏ ਦੇ ਵੱਲੋਂ ਧੰਨੇ ਦੇ ਲਈ ਮਾਇਆ ਦੇ ਗੱਥੇ ਆ ਇਮਾਮਗੜ੍ਹ ਵਾਲਿਓ ਪੈਸੇ ਫੜ ਲਓ ਬੇਨਤੀ ਆ ਬਾਅਦ ਦੇ ਵਿੱਚ ਨਾ ਆਇਓ ਕੋਈ ਹੋਰ ਫੜ ਕੇ ਲੈ ਗਿਆ ਦੀਪ ਯੂਐਸਏ ਦਰਸ਼ਨ ਮਨੀਲਾ ਇਮਾਮਗੜ੍ਹ ਦੀ ਟੀਮ ਦੇ ਲਈ ਮਾਇਆ ਦੇ ਗੱਥੇ ਪੁੱਜਦੇ ਕਰ ਰਹੇ ਆ ਉਹਦੇ ਰੇਡ ਪਾਉਣ ਦੇ ਲਈ ਕੰਗਣਵਾਲ ਪਿੰਡ ਦਾ ਕੀਤਾ ਵਾਧਾ ਹੋਇਆ ਚਾਰ ਜਾਫੀ ਛੋਟਾ ਪਾਲਾ ਦੀਪ ਸਰਸਲ ਵਾਲਾ ਤੇ ਰਾਜੂ ਛਾਤਰ ਵਾਲਾ ਤਿਆਰ ਵਰ ਤਿਆਰ ਆਹ ਵੇਖੋ ਕਿਹੜੇ ਨੂੰ ਟੱਚ ਹੋਇਆ ਡੈਨੀ ਦੜਵੇ ਵਾਲਾ ਕੀ ਇਸ਼ਾਰਾ ਕਰਦਾ ਵਾਇਟ ਕੀਤਾ ਕੰਗਣਵਾਲ ਦਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਉਧਰ ਵੱਡੇ ਮਾਨ ਸਨਮਾਨ ਪਹਿਲਾਂ ਧਨੋ ਵਾਲੇ ਸਰਪੰਚ ਸਾਹਿਬ ਵੀ ਐਲਾਨ ਕਰਕੇ ਗਏ ਵੀ ਆਪਾਂ 1200 ਰੁਪਇਆ ਦੇਵਾਂਗੇ ਜੇ ਇਮਾਮਗੜ੍ਹ ਦੀ ਟੀਮ ਜਿੱਤੂਗੀ ਤੇ 1100 ਰੁਪਇਆ ਫੌਜੀ ਖੁਰਦ ਵਾਲਾ ਕਹਿੰਦਾ ਵੀ ਆਪਾਂ ਦੇਵਾਂਗੇ ਵੱਡੇ ਮਾਨ ਦੇ ਸਨਮਾਨ ਜਿਹੜੇ ਜ਼ਰੂਰ ਹੋਣਗੇ ਇੱਧਰ ਵੇਦਪਾਲ ਕਬੱਡੀ ਪਾ ਰਿਹਾ ਇਮਾਮਗੜ੍ਹ ਦੀ ਟੀਮ ਜਿੰਨੇ ਜੱਫੇ ਲਾਵੇਗੀ ਦਰਸ਼ਨ ਸਿੰਘ ਜੀ ਮਨੀਲਾ ਬਦਰਾਵਾ ਵਾਲੇ ਤੇ ਹਰਦੀਪ ਸਿੰਘ ਦੀਪ ਯੂਐਸਏ ਵਾਲੇ ਉਹ ਕਹਿੰਦੇ ਉਹਨੇ 100-100 ਦੇ ਮਾਨ ਦੇ ਸਨਮਾਨ ਹੋਣਗੇ ਲਓ ਬੁੱਧੂ ਇਮਾਮਗੜ੍ਹ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪੂਰਾ ਨਾਂ ਰਾਜਵਿੰਦਰ ਸਿੰਘ ਏਕਮ ਯੂਐਸਏ ਵਾਲਾ ਕਹਿੰਦਾ ਜਿੰਨੇ ਜੱਫੇ ਹਰਿਆਣੇ ਵਾਲੇ ਲਾਉਣ ਹਰ ਇੱਕ ਜੱਫੇ ਦੇ ਇੱਕ 100 ਦਿੱਤਾ ਜਾਵੇਗਾ ਵੇਖੋ ਚਾਰ ਜਾਫੀ ਬਾਜਦੀਆਂ ਪੱਟਾਂ ਦੇ ਤਾਬੀਆਂ ਛੋਟਾ ਪਾਲਾ ਤੇ ਨਾਲ ਕਹਿੰਦੇ ਉਹ ਵੇਖੋ ਕਿਹੜੇ ਨੇ ਜੱਫਾ ਲਾਇਆ ਧੁੰਦ ਦੇ ਕਾਰਨ ਥੋੜਾ ਨਹੀਂ ਦਿਸ ਰਿਹਾ ਥੋੜਾ ਬਚ ਕੇ ਜੀ ਮੇਰਾ ਖਿਆਲ ਹੈ ਖਿਡਾਰੀ ਪੋਲ ਦੇ ਵਿੱਚ ਲੱਗਿਆ ਪੁਆਇੰਟ ਦੀਪ ਸਿਰਸਲ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਤੇ ਜੋੜ ਦਿੱਤਾ ਛਾਤਰ ਦੀ ਟੀਮ ਦਾ ਕਲੱਬ ਵਾਲਿਆਂ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਟੀਮ ਬੜੀ ਦੂਰੋਂ ਪੁੱਜੀ ਆ ਇਧਰ ਕਬੱਡੀ ਪਾਉਣ ਦੇ ਲਈ ਨੌਜਵਾਨ ਵੇਦਪਾਲ ਹਰਿਆਣੇ ਵਾਲਾ ਜਾਂ ਫਿਰ ਬਿੱਲੂ ਮੂੜ ਕਿਹੜਾ ਰੇਡ ਪਾਵੇਗਾ ਪਰਤੀ ਕਹਿਲ ਜੀ ਵੱਲੋਂ ਪਰ ਪੁਆਇੰਟ ਦੇ 100-100 ਦੇ ਐਲਾਨ ਕੀਤੇ ਗਏ ਆ ਪਰਤੀ ਕਹਿਲ ਜੀ ਉਹਨਾਂ ਵੱਲੋਂ ਪਰ ਪੁਆਇੰਟ ਦਾ 100 ਜਿਹੜਾ ਦਿੱਤਾ ਜਾਵੇਗਾ ਤੇ ਉਧਰ ਗੁਰਵਿੰਦਰ ਸਰਪੰਚ ਬਦਰਾਵਾ ਵਾਲੇ ਦੀ ਕਹਿੰਦੇ ਕਲੱਬ ਵਾਲਿਆਂ ਦੇ ਨਾਲ ਇਹਨੇ ਜੁੰਡੀ ਦੀ ਯਾਰੀ ਆ ਭਰਾਵਾਂ ਤੋਂ ਵੱਧ ਕੇ ਕਹਿੰਦੇ ਵੀ ਇਹਦਾ ਪਿਆਰ ਹੈ ਪ੍ਰਬੰਧਕਾਂ ਦੇ ਨਾਲ ਆਪਾਂ ਦਿਲੋਂ ਧੰਨਵਾਦ ਕਰਾਂਗੇ ਲਓ ਸਾਹਮਣੇ ਉਸ ਵੇਲੇ ਐਨ ਕਹਿੰਦੇ ਕਬੱਡੀ ਪੈ ਰਹੀ ਖੇਡ ਗਰਾਊਂਡ ਦੇ ਵਿੱਚ ਉਧਰ ਚਾਰ ਜਾਫੀ ਮੰਨੇ ਪਰ ਮੰਨੇ ਜਾਫੀ ਹੱਥਾਂ ਦੇ ਥਾਪੀਆਂ ਵੱਜ ਰਹੀ ਆ ਇੱਕ ਪਾਸੇ ਹਰਿਆਣੇ ਦੀ ਟੀਮ ਪਰ ਆਹ ਦੇਖੋ ਸਾਹਮਣੇ ਭਾਰੀ ਕਹਿੰਦੇ ਐਨ ਕਮਾਲ ਕਰਦਾ ਹੋਇਆ ਪੁਆਇੰਟ ਹਰਮਨ ਕਹਿੰਦੇ ਇਮਾਮਗੜ੍ਹ ਵਾਲਾ ਆਪਣੀ ਟੀਮ ਦੇ ਹਿੱਸੇ ਤੇ ਜੋੜਦਾ ਆਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵੇਦਪਾਲ ਹਰਿਆਣੇ ਵਾਲਾ ਵਾਧਾ ਹੋਇਆ ਧੰਨਾ ਜਿੰਨੇ ਜੱਫੇ ਲਾਵੇਗਾ 500 ਰੁਪਇਆ ਹੋਵੇਗਾ ਪਰ ਜੱਫੇ ਦਾ ਫੌਜੀ ਖੁਰਦ ਵਾਲਾ ਕਹਿੰਦਾ 500 ਇਧਰ ਨੌਜਵਾਨ ਇਸ ਵੇਲੇ ਹਰੀ ਜਿੰਨੇ ਜੱਫੇ ਗੁਰਵਿੰਦਰ ਸਰਪੰਚ ਹੋਣੀ ਕਹਿੰਦੇ ਦੇ ਨਾਲ ਦਰਸ਼ਨ ਮਨੀਲਾ ਜੀ ਕਹਿੰਦੇ ਵੀ ਆਪਾਂ ਮਾਨ ਸਨਮਾਨ ਦੇਵਾਂਗੇ ਜਿੰਨੇ ਜੱਫੇ ਇਮਾਮਗੜ੍ਹ ਵਾਲੇ ਲਾਉਣਗੇ
ਪੁਰਤੀ ਕਹਿਣੇ ਵੱਲੋਂ ਵੀ ਹਰ ਇੱਕ ਪੌਂਡ ਤੇ ਜਿਹੜੇ ਮਾਇਆ ਦੇ ਗੱਫੇ ਦਿੱਤੇ ਜਾ ਰਹੇ ਆ ਜਿਹੜੇ ਵੀਰ ਪੈਸੇ ਦੇ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕੀਪਾ ਕੰਗਣਵਾਲ ਦਾ ਰੇਡ ਪਾਉਣਾ ਹੋਇਆ ਛੋਟਾ ਪਾਲਾ ਕਹਿੰਦੇ ਜਿਹੜਾ ਇਸ ਸਾਲ ਕੈਨੇਡਾ ਦੇ ਵਿੱਚ ਵੀ ਟੌਪ ਦੇ ਗੱਫੇ ਲਾਏ ਆ ਦੂਜੀ ਕੰਨੀ ਤੇ ਰਾਜੂ ਛਾਤਰ ਦੀਪ ਸਿਰਸਲ ਕਿਹੜਾ 11,000 ਰੁਪਏ ਅੱਜ ਜਿੱਤਦਾ ਕਿਹੜਾ ਬੈਸਟ ਜਾਫੀ ਬਣਦਾ ਤੇ ਕਿਹੜਾ ਬੈਸਟ ਟ੍ਰੇਡਰ ਕੀਪਾ ਕੰਗਣਵਾਲ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਰਿਹਾ ਹੈ ਨਵੀ ਬਿੱਲੂ ਪਾ ਰੇਡ ਪਰ ਕਾਲੀ ਕਹਿੰਦੇ ਹਰਿਆਣੇ ਵਾਲਾ ਉਸ ਵੇਲੇ ਪਾਉਂਦਾ ਹੋਇਆ ਰੇਡ ਛੋਟੇ ਪਾਲੇ ਨੂੰ ਛੋਟਾ ਪਾਲਾ ਜੇਕਰ ਜੱਫਾ ਲਾਵੇ ਫੌਜੀ ਦੇ ਵੱਲੋਂ 500 ਰੁਪਏ ਦਿੱਤੇ ਜਾਣਗੇ ਮਾਨ ਸਨਮਾਨ ਦੇ ਵਿੱਚ ਆ ਵੇਖੋ ਹਰਿਆਣੇ ਵਾਲਾ ਬਿੱਲੂ ਮੂਰ ਰੇਡ ਪਾ ਕੇ ਪੁਆਇੰਟ ਆਪਣੀ ਟੀਮ ਦੇ ਜੋੜ ਰਿਹਾ ਉਧਰ ਦੇਖਾਂਗੇ ਵੀ ਅਗਲੀ ਕਬੱਡੀ ਕਿਸ ਗੱਭਰੂ ਦੀ ਪਵੇਗੀ ਸਮਾਂ ਦੱਸੇਗਾ ਉਧਰ ਚਾਰ ਜਾਫੀ ਹਰਿਆਣੇ ਦੀ ਟੀਮ ਦੇ ਆਏ ਲਓ ਦੇਖਾਂਗੇ ਇਸ ਵੇਲੇ ਫਿਰ ਜਿਹੜੀ ਕਬੱਡੀ ਪੈ ਰਹੀ ਖੇਡ ਦੇ ਮੈਦਾਨ ਦੇ ਵਿੱਚ ਉਧਰ ਛੋਟੇ ਪਾਲੇ ਵਰਗੇ ਦੀਪ ਵਰਗੇ ਦੁਨੀਆ ਦੇ ਮੰਨੇ ਪ੍ਰਬੰਧੇ ਖਿਡਾਰੀ ਜਿਹੜੇ ਆ ਪੱਟਾਂ ਦੇ ਥਾਪੀਆਂ ਮਾਰ ਰਹੇ ਆ ਸੰਦੌੜ ਦੀ ਧਰਤੀ ਦੇ ਰੌਣਕ ਲੱਗੀ ਹੋਈ ਹੈ ਤੇ ਇਕੱਠ ਵੀ ਕਹਿੰਦੇ ਹੁਣ ਵੀ ਸੋਹਣਾ ਤੇ ਸੁਬਾਹ ਵੀ ਕਹਿੰਦੇ ਦਰਸ਼ਕਾਂ ਨੇ ਐਨ ਆਨੰਦ ਮਾਣਿਆ ਬੇਸ਼ੱਕ ਧੁੰਦ ਕਾਫੀ ਆ ਪਰ ਲੋਕ ਕਹਿੰਦੇ ਯਾਰ ਠੰਡ ਦੇ ਵਿੱਚ ਖੜੇ ਹੋਏ ਆ ਹਰਿਆਣੇ ਵਾਲੇ ਨੇ ਕਮਾਲ ਕਰ ਦਿੱਤੀ ਇੱਧਰ ਹਰਦੀਪ ਸਿੰਘ ਜੀ ਦੀਪ ਯੂਐਸਏ ਵਾਲੇ ਤੇ ਨਾਲ ਦਰਸ਼ਨ ਸਿੰਘ ਜੀ ਸਾਡੇ ਬਦਰਾਮਾ ਵਾਲੇ ਮਨੀਲਾ ਵਾਲੇ ਉਹ ਕਹਿੰਦੇ ਵੀ ਜਿੰਨੇ ਜਫੇ ਰਾਮਗੜ੍ਹ ਵਾਲੇ ਲਾਉਣਗੇ ਉਹਨੇ 100-100 ਦਿੱਤੇ ਜਾਣਗੇ ਧੰਨੇ ਜਫਾ ਲਾਵੇਗਾ ਤੇ ਖੁਰਦ ਵਾਲਾ ਫੌਜੀ ਕਹਿੰਦਾ ਮੈਂ 500 ਦੇਵਾਂਗਾ ਧੰਨੇ ਦੇ ਜਫੇ ਦਾ ਵੀ 500 ਹੋਵੇਗਾ ਹਰਿਆਣੇ ਵਾਲਾ ਦੇਦ ਪਰ ਇਸ ਵੇਲੇ ਰੇਡ ਪਾਉਣਾ ਹੋਇਆ ਗੁਰਮੇਲ ਚੀਮੇ ਦਾ ਧੰਨਵਾਦ ਆ ਲੈ ਵੀ ਗੁਰਮੇਲ ਮਿੱਤਰਾਂ ਦਾ ਵੀ ਪੁੱਜਿਆ ਹੋਇਆ ਆਹ ਵੇਖੋ ਨੌਜਵਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਹਰਿਆਣੇ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਮੈਚ ਦਾ ਸਮਾਂ ਸਮਾਪਤ ਹੋ ਚੁੱਕਿਆ ਬਈ ਹਰਿਆਣੇ ਵਾਲੇ ਤੇ ਮਾਮਗੜ ਵਾਲੇ ਪੈਸੇ ਲੈ ਜੇ ਇਧਰੋਂ ਫੜ ਕੇ ਕਿਸੇ ਵੀਰ ਦੀ ਆਨ ਅਤੇ ਸ਼ਾਨ ਦੇ ਖਿਲਾਫ ਕੋਈ ਗਲਤ ਲਫ਼ਜ਼ ਬੋਲਿਆ ਗਿਆ ਤਾਂ ਹੱਥ ਜੋੜ ਕੇ ਮਾਫੀ ਚਾਹਾਂਗੇ ਹਰਿਆਣੇ ਦੀ ਛਾਤਰ ਦੀ ਟੀਮ ਦੇ ਪੁਆਇੰਟ 13 9.5 ਪੁਆਇੰਟ ਜਿਹੜੇ ਇਮਾਮਗੜ ਦੇ ਰਹੇ ਆ ਬੈਸਟ ਟ੍ਰੇਡਰ ਤੋਂ ਜਾਫੀ ਲਵੀ ਦਲਵਰ ਝਲੋਰ ਉਹ ਵੀ ਦੱਸੀ ਬੈਟ ਜਾਫੀ ਦੀਪ ਸਿਰਸਲ ਬੈਸਟ ਟ੍ਰੇਡਰ ਦੇਗਪਾਲ ਛਾਤਰ ਹਰਿਆਣੇ ਦੀ ਟੀਮ ਫਸਟ ਦੀਪ ਦੇ 6-4 ਜਫੇ ਆ ਦੇਗਪਾਲ ਦੀਆਂ 9 ਰੇਡਾਂ ਤੇ 9 ਪੁਆਇੰਟ ਜਿਹੜੇ ਦੇਗਪਾਲ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਪ੍ਰਾਪਤ ਕੀਤੇ ਆ